थर्ड सेकंड थर्ड फोर्थ सिक्स फिफ्थ एट तक ही आया जी ना अच्छा ये भी एट क्लास है सिद्धे खड़ी जाता पुत दिव्यांग सिद्धे खड़ी जाता दिव्यांग सिद्धे खड़ी जाता याद कर खड़ के कापियां तो इदा चक्या जिदा मनीम होंगी है किसी फैक्ट्री के एक एक च एक ने याद कर लो बाकी रख दे थले ए पेपर चलता करनी दसो ना बेचारी मन तो हम बिना दो लिख ले दिखाई कितों याद कर दी अपने हाथ उत्ते चुको यू ए आर वाई F-E-B-R-U-A-R-Y-F
फरवरी M A R C H मार्च April प्रेल April प्रेल May June September O C T O D E R October N O V E M D E R November D E C E M B E R December पर क्या होंगे यार कितने टाइम पक्का तो बढ़नी चाहिए थी नमस्ते नमस्ते कोई भी क्वेश्चन पूछ सकते हैं ना जी पूछ लिए हाँ देख लो क्वेश्चन आ गया ਇਹਨਾਂ ਨੂੰ ਹਲੇ ਉਤਰ ਬੈਡ ਨੰਬਰ 29 ਤੇ ਹੈਪੀ ਪ੍ਰਿੰਸ ਦੇ ਕੁਐਸਚਨ ਆਨਸਰ ਗਿਆ ਸੀ ਆਪਾਂ ਬੰਦਨਾ ਆ ਵੀ ਵੀ ਦੋ ਦਿਨ ਤਿੰਨ ਵਾਰ ਤਾਂ ਕਰ ਦਿੱਤੇ ਆਇਆ ਉੱਠਾ ਨਹੀਂ ਤੇ ਹੁਣ ਤੇ ਆਂਦੇ ਕਰਦੇ ਨਹੀਂ ਦੋ ਦਿਨ ਵਾਰ ਕਰ ਦਿੱਤੇ ਟਾਈਮ ਦੇਣਾ ਇਹ ਕਾਲ ਨਹੀਂ ਕਿ ਤਾਂ ਬੋਲ ਕੇ ਗਿਆ ਜਿਹੜੀ ਮੈਂ ਸੈਂਪਲ ਗਿਆ ਸੀ ਚਲ ਠੀਕ ਆ 5 ਮਿੰਟ ਦੇ ਦੋ ਕੋਈ ਨਹੀਂ ਦਿਵਿਆਂਸ਼ ਲਿਖਦਾ ਪੁੱਤ ਬੰਦਨਾ ਮੈਡਮ ਜੀ ਇੱਕ ਧਿਆਨ ਰੱਖਿਆ ਕਰੋ ਇਹਨਾਂ ਦਾ ਨਕਲਾਂ ਮਾਰ ਇੱਕ ਸਿੱਧੇ ਬੈਠਿਆ ਕਰਨਾ ਇੱਕ ਡਿਸਿਪਲਿਨ 'ਚ ਬੈਠਣਾ ਸਿਖਾਓ ਇਹਨਾਂ ਨੂੰ ਇੱਕ ਹਾਂਜੀ ਜੀ ਕਹਿਣਾ ਸਿਖਾਓ ਰਿਸਪੈਕਟ ਦੇਣੀ ਸਿਖਾਓ ਨਹੀਂ ਨਹੀਂ ਅਸੀਂ ਸਿਖਾਣੀ ਨਾ ਇਹਨਾਂ ਨੂੰ ਆ ਜਾਓ ਦੋਨੇ ਇੱਧਰ ਦੋਨੇ ਇੱਧਰ ਬੈਗ ਰੱਖ ਕੇ ਆਓ ਬੈਗ ਰੱਖ ਕੇ ਆਓ ਕਾਰਨ ਦੱਸੋ ਕਿਉਂ ਨਹੀਂ ਆਏ ਸੀ दसो इधर आओ उठ के आओ बिना मतलब ओपन हो गया अब कूलर का कर थले करियो दसो क्यों नहीं आईया दोनों जनिया की होया सी सामने खड़ो आमो सामने इधर दा बस सही है दसो क्यों नहीं आईया की होया सी क्या ते नहीं आईया बुखार चढ़िया सी मेले ते गईया सी टेस्ट नहीं आंदा सी ਗਰਮੀ ਬਹੁਤ ਸੀ ਇੱਕ ਕਾਰਨ ਦੱਸ ਦਿਓ ਇੱਕ ਦੱਸ ਦਿਓ ਛੱਡ ਦੇਣਾ ਨਹੀਂ ਤਾਂ ਇੱਕ ਇੱਕ ਡੰਡਾ ਪੈਣਾ ਦੱਸੋ ਮੂਡ ਨਹੀਂ ਸੀ ਇੱਕ ਦਿਨ ਨਹੀਂ ਮੈਮ ਦੋ ਦਿਨ ਛੁੱਟੀਆਂ ਕੀਤੀਆਂ ਤੀਸਰੀ ਆ ਸੰਡੇ ਦੀ ਹੋ ਗਈ ਆ ਜਾਓ ਇੱਧਰ ਲਾਓ ਜੀ ਲਾਓ ਲਾਓ ਪਨਿਸ਼ਮੈਂਟ ਇੱਦਾਂ ਹੀ ਹੋਣੀ ਇਹਨਾਂ ਦੀਆਂ ਇਹਦੇ ਪਾਪਾ ਨੇ ਤਾਂ ਪਹਿਲਾਂ ਨਾ 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 ਪਤਾ ਕਿੱਦਾਂ ਬਾਕੀਆਂ ਲੱਗੂਗਾ ਵੀ ਦੁਆ ਕਰਦੇ ਆ ਨਹੀਂ ਗਈ ਝੂਠ ਬੋਲਦੀ ਗਾ ਤਾਂ ਫੇਸ ਹੀ ਮੇਰਾ ਲੱਗਦਾ ਪਿਆ ਬੰਦਨਾ ਤੂੰ ਕਿੱਥੇ ਗਈ ਸੀ ਮਾਸੀ ਕੇ ਘਰੇ ਸੀ ਹੈਂ ਬੰਦਨਾ ਇੱਧਰ ਆਉਣਾ ਬੋਲ ਅੱਛਾ ਤਾਂ ਬੰਦਨਾ ਨੇ ਮਗਰ ਲਾ ਗਈ ਫੇ ਆਪੇ ਝੂਠ ਗਾ ਹੁਣ ਬੰਦਨਾ ਨੇ ਇੱਕ ਡੰਡਾ ਖਾਣਾ ਮਾਰੋ ਨਹੀਂ ਬਖਸ਼ਣਾ ਨਹੀਂ ਮਾਰੋ ਮਾਰ ਇੱਧਰੋਂ ਮਰੀ ਇੱਥੇ ਹੱਥ ਕਰ ਕਰ ਹੱਥ ਨਹੀਂ ਤਾਂ ਆ ਪਤਾ ਲੱਗਦਾ ਕਰ ਹੱਥ ਕਰ ਦੇਣੀ ਦੇਣੇ ਪਨਿਸ਼ਮੈਂਟ ਸਾਹਮਣੇ ਦੇਣੀ ਤਾਂ ਹਾਂ ਚਲੋ ਹੁਣ ਉਹਨੇ ਇੱਕ ਖਾਧਾ ਹੁਣ ਉਹਦੇ ਕਰਕੇ ਦੋ ਖਾ ਉਹਦੇ ਕਰਕੇ ਖਾ ਲੂੰਗੀ ਆਪਣਾ ਖਾ ਫਿਰ ਸਾਰੇ ਚਲੋ ਅੱਗੇ ਤੋਂ ਛੁੱਟੀ ਨਹੀਂ ਕਰਨੀ ਫੋਨ ਕਰਕੇ ਦੱਸਣਾ ਅੱਛਾ ਆਪਣੇ ਘਰਦਿਆਂ ਦਾ ਨੰਬਰ ਨੋਟ ਕਰਾਇਓ ਇਹਨਾਂ ਦਾ ਨੰਬਰ ਨੋਟ ਕਰਿਓ ਜੀ ਫੋਨ ਦਾ ਕੁਲਦੀਪ ਦਾ ਤਾਂ ਹੈਗਾ ਮੇਰੇ ਤੋਂ ਇਹਨਾਂ ਦਾ ਇਹਦੇ ਪਾਪਾ ਦਾ ਹੈਗਾ ਲਿਖਿਓ ਇਹਦਾ ਨੰਬਰ ਕੋਮਲ ਨੰਬਰ ਪਤਾ
ਨੰਬਰ ਪਤਾ ਇਹਨਾਂ ਨੂੰ ਕਿਹਦੀ ਕੁੜੀ ਆ ਪਾਪਾ ਦਾ ਨਾਮ ਕੀ ਆ ਮੈਂ ਤਾਂ ਹੈਗਾ ਮੈਂ ਤਾਂ ਹੈਗਾ ਤੁਹਾਡਾ ਕੀ ਹੈ ਹੈਗਾ ਤੇਰੇ ਪਾਪਾ ਨੂੰ ਮੈਂ ਲੈ ਕੇ ਲੈ ਕੇ ਆਉਂਗਾ ਇਹ ਇਹਦਾ ਹੋ ਕੀ ਆ ਡੈਡੀ ਦਾ ਨਾਮ ਪਤਾ ਨਹੀਂ ਨਾਮ ਕੀ ਨਾਮ ਡੈਡੀ ਦਾ ਮੈਨੂੰ ਜਾਣਦੇ ਜਾਣਦੇ ਹੋਣੇ ਹੁਣ ਦਿਓ ਜੀ ਟੈਸਟ 15 ਮਿੰਟ 'ਚ ਕਰਨੇ ਯਾਦ ਕੁਛ ਦਿਓ ਕੋਈ ਰਹਿੰਦਾ ਹੋਮਵਰਕ ਰਹਿੰਦਾ ਕੋਈ ਸਕੂਲ ਦਾ ਕੰਮ ਮਿਲਿਆ ਹੋਵੇ ਪਹਿਲਾਂ ਦਾ ਲਓ ਟੈਸਟ ਲਾਉਣਾ ਮਾਂ ਫਿਰ ਪਤਾ ਕੀ ਕਹਿੰਦਾ ਇਹ ਇੱਧਰ ਪਰਚੇ ਕਿੱਦਾਂ ਚਲਾਉਣੀ ਸਿੱਖੀ ਨਹੀਂ ਕਿਹੜੇ ਦੱਸਿਆ ਸੀ ਬਾਈ ਪਰਚੇ ਬਣਾ ਕੇ ਲੈ ਗਏ ਸਕੂਲ ਦੂਜੀ ਵਾਲੇ ਟੈਸਟ ਦੀਆਂ ਦੱਸ ਕਿੱਥੋਂ ਆਏ ਦੱਸ ਬੋਲ ਕਾਪੀ ਦਿਖਾ ਹਜੇ ਟਿਕਟ ਲਿਖ ਕੇ ਆਪੀ ਪਾਣੀ ਨੂੰ ਠੀਕ ਆਏ ਉਦਾਂ ਉਹ ਤਾਂ ਵਧੀਆ ਪੜ੍ਹਦੇ ਆ ਠੀਕ ਆ ਛੁੱਟੀ ਨੀ ਕਰਦੇ ਦੇਖ ਲਓ ਤੇਰੀ ਕਿੰਨੀ ਸਹੀ ਹੈ ਮੈਂ ਸਾਰੀ ਲਿਖ ਦੇਣੀ ਆ ਮਟੀਰੀਅਲ ਨਹੀਂ ਸੱਚੀ ਗੱਲ ਆ ਸਾਡੇ ਮੰਦਿਰ 'ਚ ਦੀਦੀ ਕਹਿੰਦੇ ਵੋਕਲ ਕੋਲ ਨੂੰ ਦੱਸਣਾ ਪੈਂਦਾ ਸੱਚੀ ਗੱਲ ਆ ਟੈਕਨੀਕਲ ਚੀਜ਼ਾਂ ਮਿਲਦੀਆਂ ਮਿਊਜ਼ਿਕ ਵਾਲਿਆਂ ਦੱਦੀ ਥੋੜ੍ਹੀ ਉੱਥੇ ਥੋੜ੍ਹੇ ਨਹੀਂ ਸਾਨੂੰ
डेट पाते अज की आती क्लास टेस्ट पाते करो उपर दो 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 पनिशमेंट तो छना नहीं ना दीदी और जेड़े पंजवी चौथी पंजवी आ रहे हैं जरा खड़े हो जाओ जेड़ा चौथी पंजवी आ रहे तुम मैं कुछ दिता सी ना जो पहले दिन आई थी मैं तुम पांच गुरुआ के नाम याद करने गया पहले क्या सी ना पहले पांच गुरुआ के नाम छुट्टी कर दी छुट्टी से बच्चों पाठ किया किसी ने गोविंद सिंह जी का पता ना तो तेन वो तो देख के भी नहीं अकल मार सकिया हूँ दस के हटिया कि अच्छ छुट्टी कर दोबारा बोल बुक थले कर अज की सी चल चल थानू कह छुट्टी सी करो हाथ करो हाँ जी गुड़े दस चल दसो कल स्कूले छुट्टी हुई है जे थोड़ी इन्नी मैंबरी वीक है तो तुम कि पढ़ोगे कल स्कूल च रौला पे अज सारे नू पता की रजत दी है ना कटिंग भी तेरी हुई पई है तो उन्होंने वो कीतियां हुई तो कीता ठीक है तेन आ नहीं रहा बच्चा दसो सारे जने हाँ जी श्री गुरु अर्जन देव जी सिखा दे किन्नवे गुरु सी है ओ नहीं श्री गुरु अर्जन देव जी किन्नवे गुरु सी किन्नवे गुरु सी पांचवे उन्हां दे की अज अच्छा शबील के केड़े गुरु साहिब ने गुरु अर्जन देव जी दी शहीदी दे की लौंदे आ पता ना खड़ा अज तुम छोटे दस्यो तुसी चल दस्यो तुसी दस्यो सारे ने पांचवी तक वाले दस्यो जां छेवीं वाले विच ही मन्ने ते दस्यो की बोलदे ने मन्ने ते अज की सी अज छुट्टी करी सी कि दस्दे पापा दीदी केड़े केड़े मारा बाबा जी दा सीगा गुरु जी दा हां बोल जी अर्जन देव जी
ਚੱਲ ਇਹ ਤਾਂ ਬਹੁਤ ਛੋਟੇ ਬੱਚੇ ਚੱਲ 4.5 ਸਾਲ ਦਾ ਨਾ 10 ਬੀਤਾ ਹੋਣਾ ਤੇ ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਕੀ ਆ ਗਿਆਨੀ ਅੱਜ ਛੁੱਟੀ ਕਾਦੀ ਸੀਗੀ ਤੁਹਾਨੂੰ ਜੇ ਕੋਈ ਬੋਲਿਆ ਨਾ ਨਾਲ ਟੰਗ ਦੇਣਾ ਉੱਪਰ ਹਾਂ ਫੜੇ ਇਹਦਾ ਤਾਂ ਫੁੱਲ ਡੇ ਕਰਦਾ ਦੇ ਮੜੀ ਜਾ ਆ ਡੰਡਾ ਦੇ ਛੁੱਟੀ ਕਾਦੀ ਸੀ ਅੱਜ ਅੱਜ ਕੀ ਆ ਪੁੱਤ ਬੋਲ ਸਕੂਲ ਨਾਲ ਚਾਹੇ ਛੁੱਟੀ ਸੀ ਨਾ ਤੁਸੀਂ ਘਰ ਸੀਗੇ ਕਾਹਤੇ ਸੀ ਕੱਲ੍ਹ ਹਾਫ ਡੇ ਹੋਇਆ ਸੀ ਤੇ ਅੱਜ ਛੁੱਟੀ ਕਾਦੀ ਦੋਨਾਂ ਦਾ ਕਿਹੜੇ ਧਰਮ ਨੂੰ ਬਲੋਕ ਕੇ ਕੇ ਨੂੰ ਮੰਨਦੇ ਆ ਕਰਦੇ ਸਿੱਖ ਧਰਮ ਨੂੰ ਮੰਨਦੇ ਹਿੰਦੂ ਧਰਮ ਕੀ ਦੇਣਾ ਅੱਜ ਇੰਨਾ ਪਤਾ ਭੁੱਲ ਲੱਗੀ ਸੀ ਤੁਹਾਡੇ ਪਿੰਡ ਨਾ ਸਾਡੇ ਪਿੰਡ ਲੱਗੀ ਸੀ ਗੁਰੂ ਗੁਰੂ ਅਰਜਨ ਗੁਰੂ ਅਰਜਨ ਦੇਵ ਜੀ ਚੱਲ ਇੰਨਾ ਵੀ ਦੱਸਦਾ ਹਾਂਜੀ ਅੱਗੇ ਕੀ ਸੀ ਬਾਕੀ ਬਹਿ ਕੇ ਕੰਮ ਕਰੋ ਕੀ ਸੀ ਅੱਜ ਸ਼ਹੀਦੀ ਦਿਵਸ ਸੀ ਨਾ ਚੱਲ ਠੀਕ ਆ ਫਿਰ ਜੀ ਥੋੜ੍ਹਾ ਲਿਖ ਕੀ ਲਿਖਦੇ ਜਨਵਰੀ ਲਿਖ ਪਏ ਥੋੜੇ ਵੱਡੇ ਕਰਕੇ ਲਿਖਿਆ ਕਰ ਚੱਲ ਅੱਜ ਕੀ ਆ ਅੱਜ ਛੁੱਟੀ ਕਾਹਦੀ ਸੀ ਕੀ ਦੇਵ ਕੀ ਆ ਗੁਰੂ ਅਰਜਨ ਦੇਵ ਜੀ ਗਿਆ ਪੁੱਛ ਦੋ ਮੇਨ ਕੋਰਸ ਇੱਕ ਸਪਲੀਮੈਂਟਰੀ ਦਾ ਮੇਨ ਕੋਰਸ ਹੈਗੇ ਆ ਹੈਪੀ ਪ੍ਰਿੰਸ ਸੈਕੰਡ ਕੀ ਆ ਸਪਲੀਮੈਂਟਰੀ ਦਾ ਹੈਗਾ ਹੈ ਬੈਡ ਨੰਬਰ 29 ਇਹ ਤਿੰਨ ਲੈਸਨ ਅੱਜ ਤੁਹਾਡੇ ਕੋਲ ਤਿੰਨੇ ਆਹ ਲੈਸਨ ਹੀ ਕਰਨੇ ਸ਼ੁਰੂ ਹੋ ਜਾਓ ਦੱਸਣ ਵਾਲੇ ਤੁਹਾਡੇ ਹੋਇਆ ਪਹਿਲਾਂ ਹੀ ਬਸ ਅੱਜ ਲਾਸਟ ਉਸ ਬੱਚੇ ਦੇ ਹੋਇਆ ਉਹਨੂੰ ਅੱਗੇ ਦਿਓ ਕੰਮ ਉਹ ਮੁੰਡਾ ਐਡਵਾਂਸ ਚੱਲਦਾ ਲੈ ਉਹ ਵੀ ਹੋ ਗਿਆ ਉਹਦਾ ਤੂੰ ਚੰਗੀ ਤਰ੍ਹਾਂ ਕਰ ਤੈਨੂੰ ਅੱਗੇ ਲੈ ਜਾਣਾ ਇਹਨੂੰ ਉਹ ਆਉਂਦਾ ਲੈਟਰ ਸੀ ਐਪਲੀਕੇਸ਼ਨ ਸੀ ਐਪਲੀਕੇਸ਼ਨ ਦੀ ਕਾਪੀ ਐਪਲੀਕੇਸ਼ਨ ਦੇ ਕੁਐਸਚਨ ਯਾਦ ਕਰ ਚੱਲ ਪਤਾ ਸ਼ਾਰਟ ਕਰਵਾ ਸਾਰੇ ਕੁਐਸਚਨ ਯਾਦ ਕਰ ਦੇ ਜਿਹੜੇ ਚੈਪਟਰ ਪੇ ਯਾਦ ਕਰ ਚੈਪਟਰ ਕਲਾ ਪਹਿਲੇ ਤਿੰਨ ਲੈਣਾ ਜਿੱਤੇ ਕਲਾ ਠੀਕ ਆ ਚੱਲ ਤੂੰ ਤਾਂ ਪਹਿਲੇ ਤਿੰਨ ਲੈ ਲਾ ਫਿਰ ਦੱਸਾਂ ਦੋ ਇਕੱਠੇ ਨਹੀਂ ਕਰ ਲੈਣਾ ਬੁੱਕ ਵਾ ਮਾਰੀ ਸੀ ਦੋ ਕੁਐਸਚਨ ਬੁੱਕ ਮਾਰ ਹੌਲੀ ਹੌਲੀ ਹੱਪੀ ਹੋ ਜਾਂਦੀ ਬੁੱਕ ਵਾ ਮਾਰੀ ਸੀ ਐਪਲੀਕੇਸ਼ਨ ਪਹਿਲੀ ਬੁੱਕ ਵਾ ਮਾਰੀ ਆ ਜਿਹੜੀ ਬੁੱਕ ਵਾ ਮਾ ਕਿਤਾਬੀ ਕੀੜਾ ਇੱਥੇ ਲੱਗਦਾ ਕੋਈ ਕਿਤਾਬੀ ਕੀੜਾ ਹੈਗਾ ਮੈਨੂੰ ਲੱਗਦਾ ਕਿਤਾਬ ਨੂੰ ਕੀੜਾ ਲੱਗ ਜਾਂਦਾ ਇਹਨਾਂ ਦਾ ਇਹ ਇੱਦਾਂ ਦੇ ਬੰਦੇ ਆ ਉਹ ਦੇਖਦਾ ਦੂਸਰੇ ਤੇ ਕਿਤਾਬਾਂ ਪੜੀ ਜਾਂਦਾ ਬੰਦਾ ਚੌਥੀ ਦੀ ਇੱਕ ਮਿੰਟ ਦੇ ਬੰਦਾ ਮੁਝੋ ਨਹੀਂ ਲਿਖਿਆ ਆਂਦਾ ਉਹ ਕਰਕੇ ਅੱਜ ਤਿੰਨੋਂ ਚੈਪਟਰ ਪੂਰੇ ਕਰਨੇ ਆ
ਸੈਟਰਡੇ ਬੈਡ ਨੰਬਰ 29 ਵੀ ਕਰ ਹੈਪੀ ਪ੍ਰਿੰਸ ਵੀ ਕਰ ਸ਼ਾਬਾਸ਼ ਇਹ ਉਹ ਵੀ ਕਰ ਪਹਿਲਾਂ ਮੇਰਾ ਪੁੱਤ ਜਾ ਕੇ ਹੋਰ ਹੋਰ ਕੰਮ ਲੈ ਵਧੀਆ ਮੂੰਹ ਜੋ ਨਹੀਂ ਸੁਣਾਤਾ ਨਹੀਂ ਇਹ ਕਿਹਦਾ ਸੀਗਾ ਸਾਰੇ ਯਾਦ ਕਰ ਲੈ ਇੰਨੇ ਦਿਨਾਂ ਬਾਅਦ ਆਇਆ ਟੈਸਟ ਨੂੰ ਉੱਤੇ ਪਹਿਲਾਂ ਮਿਲਿਆ ਸੀ ਬਿਲਕੁਲ ਹੀ ਗਾਇਆ ਤੁਹਾਨੂੰ ਸਾਰੇ ਯਾਦ ਕਰ ਲੈ ਇਹਨੂੰ ਕਾਦੀ ਮੈਂ ਕੋਈ ਨਹੀਂ ਸੀ ਚੱਲ ਹੈਪੀ ਪ੍ਰਿੰਸ ਬੈਡ ਨੰਬਰ 29 ਵੈਰੀ ਸਾਈਜ਼ਡ ਗੇਨ ਸਾਰੇ ਦਿਓ ਪਨਿਸ਼ਮੈਂਟ ਇੱਧਰ ਆ ਇੱਧਰ ਇੱਥੇ ਆ ਜਾ ਇੱਧਰ ਕੋਈ ਗੱਲ ਨਹੀਂ ਓਏ ਸਿੱਧਾ ਹੋ ਜਾ ਬਹਿ ਜਾ ਪੁੱਤ ਦਿਓ 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 ਇੱਕ ਡੰਡਾ ਦਿਓ ਇਹਨੂੰ ਨਹੀਂ ਆਉਣਦਾ ਕਰੋ ਹੱਥ ਤੇਰੇ ਟੈਸਟ 'ਚੋਂ ਪੰਜ ਮਿੱਤਰ ਪੰਜਾਂ 'ਚੋਂ ਇੱਕ ਨੰਬਰ ਆ ਇੱਕ ਹੋਰ ਇੱਕ ਹੋਰ ਘਰ ਸੀ ਘੁੰਮਦਾ ਹੈ ਨਾ ਹੁਣ ਹੱਥ ਨੂੰ ਆਇਆ ਨਹੀਂ ਕੁਸ਼ਚਨ ਆਨਸਰ ਦੇ ਵਿੱਚੋਂ ਤੇਰੇ ਚਾਰ ਗਲਤ ਆ ਇੱਕ ਨੰਬਰ ਆ ਚਲੋ ਹੋਰ ਖਾਓ ਕਰੋ ਯਾਦ ਖੜੇ ਹੋ ਕੇ ਖੜ ਕੇ ਕਰੋ ਪੰਜ ਮਿੰਟ ਖੜ ਜਾਓ ਹਾਂ ਚਾਰ ਦਿਨ ਹੋ ਗਿਆ ਤਿੰਨ ਦਿਨ ਆਇਆ ਨਹੀਂ ਸੰਡੇ ਵਿੱਚ ਆ ਗਿਆ ਕਰ ਯਾਦ ਖੜ ਕੇ ਪੰਜ ਮਿੰਟ ਬਾਅਦ ਸੁਣਾਉਣਾ ਸੁਣਨਾ ਤੇਰੇ ਕੋਲ ਇਹ ਖੜ ਜਾ ਉੱਥੇ ਖੜ ਜਾ ਆਪਣੇ ਜਿੱਥੇ ਬੈਠਾ ਇੱਥੇ ਖੜ ਜਾ ਪੰਜ ਮਿੰਟ ਬਾਅਦ ਸੁਣਨਾ ਮੈਂ ਸੁਣਨਾ ਠੀਕ ਆ ਜੱਸੀ ਤੇਰਾ ਕੀ ਹਾਲ ਚੱਲਦਾ ਪਿਆ ਜਸਮੀਨ ਬਖਸ਼ੋ ਉਹਨਾਂ ਨੂੰ ਦਿਓ ਉਹਨੂੰ ਆਪਣੀ ਇਹਨੇ ਲਿਖਿਆ ਕਿੱਦਾਂ ਫਿਰ ਇਹਨੂੰ ਆਉਂਦਾ ਨਹੀਂ ਪਿਆ ਸੰਡੇ ਮੰਡੇ ਉਹ ਜਨਵਰੀ ਫੋਰ ਲਿਖਣਾ ਆਉਂਦਾ ਬੋਲਣਾ ਨਹੀਂ ਆਉਂਦਾ ਕਿੱਦਾਂ ਲਿਖਿਆ ਮੈਂ ਚੱਲ ਘਰ ਜਾ ਕੇ ਉੱਥੋਂ ਦੇ